ਜੀ ਅਸਲਾਮ ਵਾਲੇਕੁਮ ਜੀ ਦੋਸਤੋ, ਕੈਸੇ ਸਾਰੇ ਦੋ? ਠੀਕ ਹੋ? ਸਿਹਤਾਂ ਠੀਕ ਨੇ ਜਨਾਬ। ਅੱਜ ਤੁਹਾਨੂੰ ਹੋਰ ਇੱਕ ਅੱਛਾ ਜੋੜਿਆ ਸ਼ੋਅ ਕਰਵਾਉਣਾ ਮੈਂ। ਇਹ ਟੈਡੀ ਜੋੜਾ ਜੀ, ਮਾਸ਼ਾਅੱਲਾ ਮੇਰਾ ਬਹੁਤ ਸ਼ਾਨਦਾਰ ਜੋੜਾ ਮਾਸ਼ਾਅੱਲਾ, ਔਰ ਬੱਚੇ ਮਾਸ਼ਾਅੱਲਾ ਇੰਤਹਾ ਦੇ ਉਡਾਉਂਦਾ ਜੇ। ਮਾਦੀ ਜਿਹੜੀ ਆ ਉਹ ਦੇਖੋ, ਉਹਦੇ ਇਹਨੇ ਇਹਦੇ ਬਾਪ ਨਾਲ ਬੱਚੇ ਬਹੁਤ ਉਡਾਏ ਸੀਗੇ, ਠੀਕ ਆ ਜੀ। ਇਹ ਮਾਦੀ ਲੇਕਿਨ ਕਿਸੇ ਹੋਰ ਨਾਲ ਲਾ ਲਈ ਬਾਅਦ ਦੇ ਵਿੱਚ, ਅਤੇ ਨਰ ਜਿਹੜਾ ਕਿਸੇ ਹੋਰ ਨਾਲ ਲਾ ਲਿਆ। ਲੇਕਿਨ ਜਿੰਨਾ ਦਾ ਬੱਚਾ ਉੱਡ ਗਿਆ ਸੀ ਉਹ ਫਿਰ ਦੁਬਾਰਾ ਲਗਾਉਣਾ ਨਹੀਂ, ਉਹ ਮਤਲਬ ਬਰੀਡ ਜਿੱਦਾਂ ਜਿੱਥੇ ਜਿੱਥੇ ਦੋਨਾਂ ਲਗਾਇਆ ਮਾਸ਼ਾਅੱਲਾ ਚੰਗੇ ਬੱਚੇ ਉੱਡਦੇ ਸੀ, ਠੀਕ ਆ ਜੀ। ਅਤੇ ਇਹ ਅੱਲਾ ਖੈਰ ਕਰੇ, ਹੁਣ ਦੁਬਾਰਾ ਰਿਵਰਸ ਇਹਨੂੰ ਕਰਨਾ ਬਰੀਡ ਨੂੰ, ਅਸੀਂ ਦੁਬਾਰਾ ਇਨਸ਼ਾਅੱਲਾ ਇਹਨੂੰ ਬਣਾਵਾਂਗੇ। ਤੁਹਾਨੂੰ ਮੈਂ ਜੋੜਿਆ ਸ਼ੋਅ ਕਰਾਉਂਦਾ, ਬੜਾ ਹੀ ਮਜ਼ਾ ਆਏਗਾ ਦੇਖਣ ਦਾ, ਪੂਰੀ ਵੀਡੀਓ ਦੇਖਣਾ ਮਜ਼ਾ ਆਏਗਾ ਤੁਹਾਨੂੰ ਦੇਖ ਕੇ, ਇਨਸ਼ਾਅੱਲਾ ਦਿਖਾਉਂਦਾ। ਚਲੋ ਮੈਂ ਤੁਹਾਨੂੰ ਤੋਂ ਪਹਿਲਾਂ ਤੁਹਾਨੂੰ ਨਰ ਦਾ ਸ਼ੋਅ ਕਰਵਾਉਂਦਾ ਮਾਸ਼ਾਅੱਲਾ। ਇਹ ਦੇਖੋ ਨਰ ਦੀ ਕੁਆਲਿਟੀ ਕੈਸੀ ਹੈ ਜੀ। ਇਹ ਕੁੰਦਾ ਵੀ ਦੇਖੋ, ਨਰ ਜਿਹੜਾ ਥੋੜ੍ਹਾ ਜਿਹਾ ਦਰਾਜ ਜਿਹਾ ਕਰਦਾ ਕਬੂਤਰ ਆ ਮਾਸ਼ਾਅੱਲਾ। ਦੇਖੋ ਕੈਸਾ ਦਾ ਕਲਰ ਆ, ਹਾਲੇ ਖਰੀਦ ਦੇ ਵਿੱਚ ਆ, ਜਾਮ ਨਹੀਂ ਗਾਟੇ ਵਾਲੇ ਨੇ ਮਾਸ਼ਾਅੱਲਾ ਜਿਹੜਾ ਨਾ ਕਲਰ ਜਾਮ ਨਹੀਂ। ਇੱਕ ਮਿੰਟ ਭਾਈ, ਇੱਕ ਤਾਂ ਬੁਰਾ ਬਣਾ ਰਹੇ ਨੇ। ਚਲੋ ਖੈਰ, ਜਲਦੀ ਜਲਦੀ ਸ਼ੋਅ ਕਰਵਾਉਂਦਾ ਤੁਹਾਨੂੰ ਮੈਂ ਪੱਲੇ ਦਾ। ਦੇਖੋ ਬਗਲ ਕਿੱਡੀ ਸ਼ਾਨਦਾਰ ਹੈ ਜੀ। ਉਸ ਤੋਂ ਬਾਅਦ ਪੱਲੇ ਦਾ ਸ਼ੋਅ ਕਰੋ ਮਾਸ਼ਾਅੱਲਾ। ਦਸਵੀਂ ਕੰਨੀ ਦੀ ਬਾਹਰ ਨੂੰ ਜਾ ਰਹੀ ਹੈ ਮਾਸ਼ਾਅੱਲਾ, ਕਿਉਂਕਿ ਛੋਟੀ ਹਾਲੇ। ਹਲੋ ਇੱਧਰੋਂ ਸਹੀ ਕੁੰਦਾ ਹੈ। ਇਹ ਦੇਖੋ ਬਗਲ ਕਰੀਕ ਦੇ ਵਿੱਚ ਆ, ਕੋਈ ਨਹੀਂ ਬਰਹਾਲਾ। ਦੇਖੋ ਬਾਹਰਲੇ ਤਿੰਨ ਪਾਰ ਚੈੱਕ ਕਰੋ ਜਿਹੜਾ ਮਾਸ਼ਾਅੱਲਾ, ਠੀਕ ਆ ਜੀ, ਬਰਾਬਰ। ਇੱਧਰੋਂ ਵੀ ਇੱਦਾਂ ਹੀ ਹੋਣਾ, ਲੇਕਿਨ ਨਾ ਇੱਧਰੋਂ ਥੋੜ੍ਹਾ ਜਿਹਾ ਹੁਣ ਆਹ ਦਸਵੀਂ ਕੰਨੀ ਛੋਟੀ ਜਿਹੀ ਹੁੰਦੀ ਹੈ, ਤੁਹਾਨੂੰ ਮਜ਼ਾ ਆ ਜਾਣਾ ਦੇਖ ਕੇ। ਅਤੇ ਆਹ ਦੇਖੋ ਹੁਣ ਪੰਜੇ ਦੇ, ਅਤੇ ਆਹ ਇਹਦੀ ਬੈਕ ਭਰੀ ਆ, ਦੇਖੋ ਕਿੱਡੀ ਲੰਬੀ ਬੈਗ ਭਰੀ ਇਹਦੀ, ਠੀਕ ਆ ਜੀ। ਇਹ ਚੀਜ਼ ਚੈੱਕ ਕਰੋ, ਤੋਂ ਬੜੇ ਸ਼ਾਨਦਾਰ ਪਰਿੰਦੇ ਨੇ ਮਾਸ਼ਾਅੱਲਾ। ਔਰ ਇਹ ਤੁਹਾਨੂੰ ਆਖਰੀ ਸ਼ੋਅ ਕਰਵਾਉਣਾ, ਇਨਸ਼ਾਅੱਲਾ ਦੇਖ ਕੇ ਮਜ਼ਾ ਆਏਗਾ ਤੁਹਾਨੂੰ। ਇਹ ਆਖਰੀ ਚਮਕ ਦੇਖਣਾ ਇਹਦੀ ਕੈਸੀ ਆ। ਓਏ ਓਏ ਓਏ, ਇੱਕ ਮਿੰਟ ਦਿਖਾ ਲੈਂਦੇ ਹੋ ਭਾਈ, ਆਹ ਦੇਖੋ ਮਾਸ਼ਾਅੱਲਾ, ਅੱਖ ਦੇ ਵਿੱਚ ਲਾਈਟ, ਅੱਖ ਦੀ ਚਮਕ, ਅੱਖ ਦੀ ਰੋਸ਼ਨੀ, ਅੱਖ ਦੀ ਦੇਖੋ ਜੀ। ਮੈਨੂੰ ਤਾਂ ਅੱਖ ਆ ਹੀ ਪਸੰਦ ਆ ਟੈੜੀਆਂ ਦੀ, ਇਹ ਅੱਖ ਹੋਣੀ ਚਾਹੀਦੀ ਜਾਂ ਬਕਾਇਆ। ਦੇਖੋ ਹਰ ਕਿਸੇ ਕੋਲ ਕੋਈ ਸਫੈਦ ਅੱਖ ਲਈ ਫਿਰਦਾ, ਕੋਈ ਬੋਸਕੇ ਅੱਖ ਲਈ ਫਿਰਦਾ, ਉਹਦੀ ਆਪਣੀ ਸਮਝ ਆ। ਸਾਡੇ ਕੋਲ ਇਹ ਸ਼ਾਮਾਂ ਤੱਕ ਉੱਡਦੇ ਨੇ ਮਾਸ਼ਾਅੱਲਾ, ਔਰ ਇਹਨਾਂ ਦੀਆਂ ਵਾਪਸੀਆਂ ਦੀ ਮਾਸ਼ਾਅੱਲਾ ਅਲੱਗ ਹੀ ਇਹਨਾਂ ਦੀ ਕੁਆਲਿਟੀਆਂ ਜੀ, ਠੀਕ ਆ ਜੀ। ਚਿਹਰਾ ਮੋਹਰਾ ਵੀ ਦੇਖੋ ਕੈਸਾ ਸ਼ਾਨਦਾਰ ਹੈ ਪੱਠੇ ਦਾ, ਸਹੀ ਟੈਡੀ ਤਾਂ ਆਹੀ ਕਬੂਤਰ ਨੇ ਬਕਾਇਆ। ਦੁਨੀਆ ਕੋਲ ਬਥੇਰੇ ਨੇ, ਇਹ ਸਲਾਰੇ ਟੈਡੀ ਕਬੂਤਰ ਨੇ ਮਾਸ਼ਾਅੱਲਾ ਮੇਰੇ। ਅਸੀਂ ਲਾਲਗੀਰ ਵਿੱਚ ਡੋਰੇ ਵਾਲੀ ਅੱਖ ਨੂੰ ਪਸੰਦ ਕਰਦੇ ਹਾਂ, ਬਕਾਇਆ ਹਰ ਬੰਦੇ ਦਾ ਇੱਕ ਆਪਣਾ ਇੱਕ ਗੱਲਬਾਤ ਆ, ਮਿਆਰ ਆ। ਕਿਸੇ ਨੂੰ ਅਸੀਂ ਕਹਿ ਨਹੀਂ ਸਕਦੇ ਕਿ ਭਾਈ ਹੈ ਤੂੰ ਗਲਤ ਕਹਿ ਰਿਹਾ, ਜਿਹੜਾ ਵੀ ਕਹਿ ਰਿਹਾ ਸਹੀ ਕਹਿ ਰਿਹਾ। ਜੇ ਕੋਈ ਜਿਹੜੀ ਜੁੜਦੀ ਚੀਜ਼ ਉਹਨੇ ਉਹਦੀ ਗੱਲ ਹੀ ਕਰਨੀ ਹੈ, ਸਾਡੇ ਕੋਲ ਇਹ ਉੱਡਦੀ, ਅਸੀਂ ਇਹਦੀ ਤਾਰੀਫ ਹੀ ਕਰਨੀ ਮਾਸ਼ਾਅੱਲਾ। ਦੇਖੋ ਕੈਸਾ ਬਰੀਕ ਚਿਹਰਾ ਮੋਹਰਾ ਇਹਦਾ, ਅਲਹਮਦੁਲਿਲਾ। ਇਹਦਾ ਮਾਂ ਬਾਪ, ਮਾਂ ਦੇ ਹਾਲੇ ਤੱਕ ਵੀ ਮੇਰੇ ਕੋਲ ਆ, ਬਾਪ ਇਹਦਾ ਮਰ ਗਿਆ ਮੇਰੇ ਕੋਲ, ਨਹੀਂ ਤਾਂ ਮੈਂ ਉਹ ਇਹਦਾ ਬਾਪ ਹੁੰਦਾ ਫਿਰ ਮਾਦੀ ਉਹਨਾਂ ਹੀ ਮੈਂ ਲਗਾਉਣੀ, ਲੇਕਿਨ ਹੁਣ ਇਹਦੇ ਨਾਲ ਲਗਾਵਾਂਗੇ ਇਨਸ਼ਾਅੱਲਾ, ਕਿਉਂਕਿ ਮਾਦੀ 'ਚ ਫਾਲਟ ਆਉਣਾ ਸ਼ੁਰੂ ਹੋ ਗਿਆ। ਮਾਦੀ ਥੋੜ੍ਹੀ ਪੁਰਾਣੀ ਹੈ, ਉਹ ਟੱਪਣ ਮੌਤ ਦੇ ਜਿਹਨੂੰ ਫੜ ਕੇ ਸ਼ੋਅ ਕਰਵਾਉਣਾ, ਅਤੇ ਨੋਕ ਬਿੰਗੀ ਹੋ ਗਈ ਤੁਹਾਨੂੰ ਮੈਂ ਉੱਪਰ ਦਿਖਾਉਂਦਾ ਸ਼ੋਅ। ਲਓ ਜਨਾਬ, ਮਾਦੀ 'ਚ ਨਾ ਫਾਲਟ ਆ ਗਿਆ ਸੀ, ਐਲ ਆ ਨੋਕ ਇਹਦੀ ਬਿੰਗੀ ਹੋ ਗਈ, ਇਹਦੇ ਨਾਲ ਨੋ ਗਲੇ ਜ਼ਹਿਰ ਬਾਰ ਬਣਿਆ, ਜਿਹਦੀ ਵਜ੍ਹਾ ਤੋਂ ਨੋਕ ਬਿੰਗੀ ਹੋ ਗਈ, ਟੇਢੀ ਹੋ ਗਈ ਜੀ, ਠੀਕ ਆ ਜੀ। ਹੁਣ ਮੋਟਾ ਮਾਲ ਹੀ ਖਾਂਦੀ ਹੈ। ਖੈਰ ਮੈਂ ਕਿਹਾ ਯਾਰ ਐਡੀ ਅੱਛੀ ਬਰੀਡ ਆ, ਹੁਣ ਇਹਨੂੰ ਅਗਰ ਜੇ ਸਾਡਾ ਤਾਂ ਬੈਠਾ ਹੀ ਬੈਠਾ ਮਾਸ਼ਾਅੱਲਾ ਬਹੁਤ ਅੱਛਾ ਔਰ ਬੈਠਾ ਵਾ,
ਅਤੇ ਇਹਦੇ ਕਿ ਉਹਨਾਂ ਨੂੰ ਬੱਚੇ ਦੇ ਲੈ ਲਏ ਜਾਣ ਬਰੀਡ ਵਾਸਤੇ, ਅਤੇ ਇਸ ਕਰਕੇ ਨਾ ਫਿਰ ਉਹ ਸਿਲੈਕਟ ਉਹ ਕੀਤਾ। ਨਾਲ ਦੇਖੋ ਕਿੱਡੀ ਬਗਲ, ਮਾਸ਼ਾਅੱਲਾ ਮਾਦੀ ਬਹੁਤ ਸ਼ਾਨਦਾਰ ਹੈ, ਕਿਆ ਬਾਤ ਹੈ ਜੀ। ਹੁਣ ਕਰੀਜ ਦੇ ਵਿੱਚ ਇੱਧਰ ਵੀ ਦੇਖੋ ਪਰ ਚੈੱਕ ਕਰੋ, ਜਿਹੜਾ ਸਾਰਾ ਸਾਰਾ ਦਿਨ ਵਿੱਚੋਂ ਟਾਂਗ ਕੇ ਜੇੜ ਦੇ ਵਿੱਚ ਮਾਦੀ ਬਾਹਰਲੀਆਂ ਚਾਰ ਪਾਰ ਛੱਡ ਕੇ ਨਾ, ਤਿੰਨ ਕੇ ਚਾਰ ਛੱਡ ਕੇ ਇੱਧਰੋਂ ਟਾਂਗ ਕੇ ਮਾਦੀ ਨੂੰ ਸ਼ਾਮ ਕਰਵਾਇਆ ਹੋਇਆ ਜੀ ਬਾਜ਼ੀਆਂ ਦੇ ਵਿੱਚ। ਮਾਸ਼ਾਅੱਲਾ ਬਹਿੰਦੀ ਨਹੀਂ ਸੀ ਇਹ ਰਾਤ ਨੂੰ, ਫਿਰ ਵੀ 7:30 8:30 ਵਜੇ ਕਰ ਮਾਦੀ ਬੈਠੀ ਜੀ ਪੱਠੀ ਜਿਹੜੀ, ਇੰਨੀ ਇਹਨਾਂ ਦੀ ਪਰਵਾਸ ਆ। ਲੇਕਿਨ ਹੁਣ ਕੀ ਕਰੀਏ, ਹੁਣ ਉਹ ਜੋੜਾ ਸਾਡਾ ਹੋ ਗਿਆ ਖਰਾਬ, ਲੇਕਿਨ ਹੁਣ ਇਹਨੂੰ ਕਰਾਂਗੇ ਦੂਜੇ ਘਰੋਂ ਮੈਂ ਲੈ ਕੇ ਆਏ, ਅਤੇ ਮੈਂ ਕਿਹਾ ਚਲੋ ਹੁਣ ਇੱਧਰੋਂ ਚਾਚੇ ਉਹਨਾਂ ਨੂੰ ਕਹਿ ਦਿਓ ਇਹਨੂੰ ਕਰੀਏ। ਆਹ ਇਹਦੇ ਪੰਜੇ ਨੇ, ਹੁਣ ਦੁੰਮ ਛੋਟੀ ਜਿਹੀ ਦੁੰਮ ਦੀ ਮਾਦੀ ਆ, ਠੀਕ ਹੈ ਜੀ। ਕੁੜਤਾ ਥੋੜ੍ਹਾ ਜਿਹਾ ਲੈਂਥੀ ਆ, ਅਤੇ ਇਨਸ਼ਾਅੱਲਾ ਇਹਨੂੰ ਹੁਣ ਬਰੇਡ ਨੂੰ ਇਨਸ਼ਾਅੱਲਾ ਬਣਾਉਣਾ ਵਾ, ਤਾਂ ਕਿ ਸਾਡੇ ਕੋਲ ਬਰੇਡ ਬਚ ਜਾਏ। ਆਹ ਦੇਖੋ ਹੁਣ ਅੱਖ ਦੇ ਵਿੱਚ ਇਹਦੇ ਡੋਰਾ, ਇਹਦੀ ਅੱਖ ਉਸ ਤੋਂ ਵੀ ਜ਼ਿਆਦਾ ਰੈੱਡ ਆ, ਅਤੇ ਅੱਗੇ ਉਹ ਮਾਸ਼ਾਅੱਲਾ ਜਿਹੜੇ ਬੰਨੇ ਨੇ ਉਹ ਸ਼ਾਨਦਾਰ ਹੀ ਬੰਨੇ, ਦੇਖੋ ਇਹਦੀ ਅੱਖ ਦੀ। ਇਹ ਜਿਹੜਾ ਤੁਹਾਨੂੰ ਮੈਂ ਪ੍ਰੈਕਟੀਕਲ ਕਬੂਤਰ ਦਿਖਾ, ਨਵੇਂ ਕਬੂਤਰ ਨਹੀਂ ਮੈਂ ਦਿਖਾਉਂਦਾ ਬਿਲਕੁਲ, ਇਹ ਜਿਹੜੇ ਮੇਰੇ ਅੱਛੇ ਪਰਿੰਦੇ ਨਾ, ਮੈਂ ਕੋਸ਼ਿਸ਼ ਇਹੀ ਹੁੰਦੀ ਉਹੀ ਦਿਖਾਵਾਂ, 90% ਮੇਰੇ ਹੁੰਦੇ ਨੇ ਮੈਂ ਉਹੀ ਦਿਖਾਵਾਂ ਜਿਹੜੇ ਮੇਰੇ ਤਾਬਨ ਜੋੜੇ ਨੇ। ਆਹ ਦੇਖੋ ਜਿਹੜਾ ਹੁਣ ਇਸ ਮਾਦੀ ਦੀ ਅੱਖ ਦੀ ਸਫੈਦੀ ਘੱਟ ਆ ਅਤੇ ਲਾਲੀ ਜ਼ਿਆਦਾ, ਕਬੂਤਰ ਦੇ ਸਫੈਦੀ ਜ਼ਿਆਦਾ ਲਾਲੀ ਘੱਟ ਆ, ਠੀਕ ਆ ਜੀ। ਅੱਖ ਵੀ ਬਣੇਗੀ, ਕਲਰ ਵੀ ਬਣੇਗਾ, ਕੁਆਲਿਟੀ ਵੀ ਬਣੇਗੀ, ਔਰ ਚਿਹਰਾ ਮੋਹਰਾ ਜੀ ਮਾਦੀ ਦਾ ਬੜਾ ਚੰਗਾ ਸੀ, ਲੇਕਿਨ ਹੁਣ ਮਾਦੀ ਵਿਚਾਰੀ ਹੋਈ ਬਿੰਗੇ ਮੂੰਹ ਵਾਲੀ ਗਈ ਹੈ। ਖੈਰ ਕੋਈ ਨਹੀਂ, ਡਰੈਕੋਲਾ ਬਣ ਗਈ ਮਾਦੀ। ਮਾਦੀ ਦਾ ਇੱਕ ਆਪਣਾ ਆਪਣਾ ਇੱਕ ਲੈਵਲ ਆ, ਮਾਦੀ ਦਾ ਇੱਕ ਆਪਣਾ ਲੈਵਲ ਆ, ਕਬੂਤਰ ਦਾ ਇੱਕ ਆਪਣਾ ਲੈਵਲ, ਲੇਕਿਨ ਦੋਨਾਂ ਦਾ ਮਾਸ਼ਾਅੱਲਾ ਮੈਨੂੰ ਪਤਾ ਨਾ ਕੁਆਲਿਟੀ ਦਾ, ਦੋਨਾਂ ਦੀ ਕੁਆਲਿਟੀ ਕੀ ਆ। ਇਨਸ਼ਾਅੱਲਾ ਇਹ ਮੇਰਾ ਇੱਕ ਆਈਡੀਅਲ ਜੋੜਾ ਜੀ, ਇਨਸ਼ਾਅੱਲਾ ਇਹਨਾਂ ਦੇ ਬੱਚੇ ਮੈਂ ਲਾਜ਼ਮੀ ਜਦੋਂ ਪੱਲੇ ਦਾ ਸ਼ੌਕ ਲਾਜ਼ਮੀ ਕਰਵਾਉਣਾ, ਇਹ ਡਾਣੇ ਨਹੀਂ ਇਹਦੇ ਬੱਚੇ ਰੋਕਣੇ ਨੇ, ਠੀਕ ਹੈ, ਕਿਉਂਕਿ ਬਲੱਡ ਲਾਈਨ ਬਹੁਤ ਸ਼ਾਨਦਾਰ ਆ। ਤੁਹਾਨੂੰ ਮੈਂ ਹੁਣ ਛੱਡ ਕੇ ਜੋੜੇ ਜੀ ਖੜੀ ਹੋਈ ਦੁਕਾਨਾਂ ਦੇਖਣਾ। ਲਓ ਜੀ ਭਾਈ ਜਾਨ, ਇਹ ਮਾਦੀ ਦੀ ਖੜੀ ਹੋਣੀ ਆ, ਇਹ ਨਰ ਦੀ ਖੜੀ ਹੋਣੀ ਹੈ ਇਹ ਵਾਲੀ, ਠੀਕ ਆ ਜੀ। ਹੁਣ ਬਾਹਰ ਨੂੰ ਆਉਂਦੇ ਨੇ, ਬਾਹਰ ਇਹਨਾਂ ਨੂੰ ਆਉਣ ਨਹੀਂ ਦੇਣਾ, ਤਾਂ ਕਿ ਤੁਹਾਨੂੰ ਮੈਂ ਪੂਰਾ ਸ਼ੋਅ ਕਰਵਾ ਦਿਆਂ। ਦੇਖੋ ਕੁੜਤੇ ਦਾ ਕਲਰ ਮਾਦੀ ਦਾ ਲਾਈਟ ਆ, ਇਨਸ਼ਾਅੱਲਾ ਅੱਗੇ ਬੜੇ ਸ਼ਾਨਦਾਰ ਖੂਬਸੂਰਤ ਬੱਚੇ ਬਣਨੇ ਨੇ ਇਹਨਾਂ ਦੇ, ਠੀਕ ਆ ਜੀ। ਉਮੀਦ ਆ ਕਿ ਦੋਸਤਾਂ ਭਾਈਆਂ ਨੂੰ ਵੀਡੀਓ ਪਸੰਦ ਆਈ ਹੋਏਗੀ, ਅਗਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਲਾਜ਼ਮੀ ਕਰਿਓ। ਅਤੇ ਇਸ ਟਾਈਮ ਤੁਹਾਨੂੰ ਮਾਦੀ ਬੜੀ ਖਲੋਣੀ ਬਹੁਤ ਅੱਛੀ ਹੈ, ਲੇਕਿਨ ਮਾਦੀ ਥੋੜ੍ਹੀ ਘਬਰਾਈ ਹੋਈ ਹੈ, ਹੱਥ ਦੇ ਵਿੱਚ ਪਕੜ ਕੇ ਜ਼ਿਆਦਾ ਪਕੜੀ ਦੇ ਨਹੀਂ ਪਰਿੰਦੇ, ਥੋੜ੍ਹਾ ਜਿਹਾ ਇਸ ਕਰਕੇ ਬੁਰਾ ਬਣਾ ਰਹੀ ਹੈ। ਲੇਕਿਨ ਮਾਸ਼ਾਅੱਲਾ ਉਮੀਦ ਆ ਕਿ ਦੋਸਤਾਂ ਨੂੰ ਜੋੜਾ ਪਸੰਦ ਆਇਆ ਹੋਵੇਗਾ, ਅਗਰ ਆਇਆ ਤਾਂ ਵੀਡੀਓ ਲਾਈਕ ਕਮੈਂਟ ਲਾਜ਼ਮੀ ਕਰਿਓ, ਚੈਨਲ ਸਬਸਕ੍ਰਾਈਬ ਲਾਜ਼ਮੀ ਕਰਿਓ। ਇਨਸ਼ਾਅੱਲਾ ਇਸ ਤਰ੍ਹਾਂ ਦੀ ਅੱਛੀ ਅੱਛੀਆਂ ਵੀਡੀਓ, ਅੱਛਾ ਅੱਛਾ ਸ਼ੌਕ ਦੋਸਤਾਂ ਨੂੰ ਮੈਂ ਕਰਵਾਉਣਾ ਜੀ ਇਨਸ਼ਾਅੱਲਾ, ਔਰ ਕਰਵਾਉਂਦਾ ਰਹਾਂਗਾ ਲਈ ਰਹਿਮ ਨਾਲ। ਅਤੇ ਅੱਛੇ ਅੱਛੇ ਕਬੂਤਰ ਦੇਖ ਕੇ ਮਜ਼ਾ ਆਉਂਦਾ, ਜਿਹੜੇ ਦੋਸਤ ਬਾਹਰ ਬੈਠੇ ਨੇ ਕੁਛ ਦੇਖਦੇ ਨੇ, ਜਿਹਨਾਂ ਕੋਲ ਨਹੀਂ ਟਾਈਮ ਹੈਗਾ ਨੈੱਟ ਉੱਤੇ ਦੇਖਦੇ ਨੇ, ਚਲੋ ਉਹਨਾਂ ਦਾ ਵੀ ਇੱਕ ਸ਼ੁਗਲ ਹੋ ਜਾਂਦਾ, ਚਲੋ ਸਾਡਾ ਵੀ ਸ਼ੁਗਲ ਹੋ ਜਾਂਦਾ ਵੀਡੀਓ ਬਣਾਉਣ ਦਾ। ਅਤੇ ਇਸ ਕਰਕੇ ਨਾ ਵੀਡੀਓ ਲਾਈਕ ਕਮੈਂਟ ਲਾਜ਼ਮੀ ਕਰਨਾ, ਇਨਸ਼ਾਅੱਲਾ ਇਸ ਤਰ੍ਹਾਂ ਅੱਛਾ ਜਿਹਾ ਸ਼ੋਅ ਤੁਹਾਨੂੰ ਦੁਬਾਰਾ ਕਰਾਵਾਂਗੇ। ਓਕੇ ਜੀ, ਮਿਲਦੇ ਜੀ ਅਗਲੀ ਵੀਡੀਓ ਵਿੱਚ, ਓਕੇ ਜੀ, ਰੱਬ ਦੇ ਵਾਲੇ।